ਸਾਬਕਾ ਵਿਧਾਇਕ ਤੇ ਕਾਂਗਰਸੀ ਆਗੂ ਕੁਲਬੀਰ ਸਿੰਘ ਜੀਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਦੇ ਵਿੱਚ ਕਿਵੇਂ ਕੁਝ ਨੌਜਵਾਨ ਹਥਿਆਰਾਂ ਦੀ ਪ੍ਰਦਰਸ਼ਨੀ ਕਰ ਰਹੇ ਨੇ ਉਹ ਸਾਫ਼ ਤੌਰ ਦੇ ਉੱਤੇ ਵੇਖਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਕੁਲਬੀਰ ਸਿੰਘ ਜੀਰਾ ਦਾ ਕਹਿਣਾ ਹੈ ਕਿ ਪਿੰਡ ਡਿੱਬਵਾਲਾ ਥਾਣਾ ਮੱਖੂ ਦੇ ਆਮ ਆਦਮੀ ਪਾਰਟੀ ਦਾ ਲੀਡਰ ਵੀਡੀਓ ਦੇ ਵਿੱਚ ਫਾਇਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ SSP ਫਿਰੋਜ਼ਪੁਰ ਦੇ ਧਿਆਨ ਦੇ ਵਿੱਚ ਮਾਮਲਾ ਲਿਆਉਣ ਦੇ ਬਾਵਜੂਦ ਕਾਰਵਾਈ ਨਹੀਂ ਹੋ ਰਹੀ ਹੈ ਤੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਦੋਸਤੋ, ਇੱਕ ਮੈਂ ਅੱਜ ਵੀਡੀਓ ਪਾਈ ਸੀ ਆਪਦੇ ਫੇਸਬੁੱਕ ਪੇਜ ਦੇ ਉੱਪਰ ਕਿ ਜਿਹਦੇ ਵਿੱਚ ਸ਼ਰੇਆਮ ਜਿਹੜੀ ਹੈ ਉਹ ਫਾਇਰਿੰਗ ਹੋ ਰਹੀ ਹੈ। ਮੈਂ ਉਹਦੇ ਬਾਰੇ ਜਾਣਕਾਰੀ ਦੇਣੀ ਚਾਹੁੰਦਾ ਔਰ ਸਾਡੇ ਜ਼ਿਲ੍ਹੇ ਦੇ ਮਾਣਯੋਗ ਮੈਡਮ SSP ਨੂੰ ਵੀ ਬੇਨਤੀ ਕੀਤੀ ਸੀ ਮੈਂ ਅੱਜ ਤੋਂ 5-7 ਦਿਨ ਪਹਿਲਾਂ ਕਿ 1 ਫਰਵਰੀ ਦੇ ਵਿੱਚ ਇੱਕ ਡਿੱਬ ਵਾਲੇ ਇੱਕ ਫੰਕਸ਼ਨ ਹੋਇਆ ਜਿੱਥੇ ਸਾਡੇ ਵਿਧਾਇਕ ਨਰੇਸ਼ ਕਟਾਰੀਆ ਜੀ ਇਹਨਾਂ ਦੇ ਹੋਣਹਾਰ ਜਿਹੜੇ ਲੀਡਰ ਸਾਹਿਬ ਆ, ਚਾਹੇ ਸਾਰਜ ਬਾਠ ਆ, ਚਾਹੇ ਨਾਲ ਦਾ ਮੁੰਡਾ, ਕਿਉਂਕਿ ਇਹਦਾ ਪੁਲਿਸ ਦਾ ਕੰਮ ਆ ਵੈਰੀਫਾਈ ਕਰਨਾ ਕਿ ਇਹ ਮੁੰਡੇ ਕੌਣ ਨੇ, ਔਰ ਇਹਦੇ 'ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਪਰ ਮੈਂ ਭਗਵੰਤ ਮਾਨ ਜੀ ਬੇਨਤੀ ਕਰਨੀ ਚਾਹੁੰਦਾ ਕਿ ਇਹ ਕਾਨੂੰਨ ਜਿਹੜਾ ਇਕੱਲਾ ਜਿਹੜਾ ਕਾਂਗਰਸੀਆਂ 'ਤੇ ਲਾਗੂ ਹੁੰਦਾ, ਆਮ ਆਦਮੀ ਪਾਰਟੀ 'ਤੇ ਕੋਈ ਨਹੀਂ ਲਾਗੂ ਹੁੰਦਾ। ਅੱਜ ਮੈਂ ਤਾਂ ਹੀ ਇਹ ਪੋਸਟ ਪਾਈ ਹੈ ਕਿ ਵਾਹ ਨਹੀਂ ਸਰਕਾਰੇ ਤੇਰੇ ਰੰਗ ਨਿਆਰੇ, ਔਰ ਮੈਂ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਪਰਚਾ ਦਰਜ ਕਰਕੇ ਇਹਨਾਂ ਦੇ ਲਾਇਸੈਂਸ ਜਿਹੜੇ ਆ ਉਹ ਕੈਂਸਲ ਕੀਤੇ ਜਾਣ। ਅੱਜ ਜਿੰਨੀਆਂ ਘਟਨਾਵਾਂ ਵਾਪਰ ਰਹੀਆਂ ਨੇ ਵਿਆਹਾਂ ਸ਼ਾਦੀਆਂ ਦੇ ਉੱਪਰ, ਤਾਂ ਉਹ ਸਿਰਫ ਇਹੋ ਜਿਹੀਆਂ ਸ਼ਰਾਰਤਾਂ ਦੇ ਕਰਕੇ, ਨਜਾਇਜ਼ ਫਾਇਰਿੰਗ ਕਰਕੇ ਜਿਹੜੀਆਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ ਇਹਨਾਂ ਦੇ ਲਾਇਸੈਂਸ ਵੀ ਕੈਂਸਲ ਕੀਤੇ ਜਾਣ, ਇਹਨਾਂ ਦੇ ਕੇਸ ਰਜਿਸਟਰ ਕੀਤੇ ਜਾਣ, ਔਰ ਪਤਾ ਲੱਗ ਸਕੇ ਕਿ ਇਹ ਹਥਿਆਰ ਇਹਨਾਂ ਦੇ ਆ ਜਾਂ ਨਜਾਇਜ਼ ਹਥਿਆਰ ਨੇ। ਇਸ ਕਰਕੇ ਮੈਨੂੰ ਆਸ ਆ DGP ਸਾਹਿਬ ਕਿ ਤੁਸੀਂ ਜ਼ਰੂਰ ਇਹਦੇ 'ਤੇ ਐਕਸ਼ਨ ਲਓਗੇ, ਕਿਉਂਕਿ ਫਿਰੋਜ਼ਪੁਰ ਦੀ ਪੁਲਿਸ ਤਾਂ ਸੁੱਤੀ ਆ। ਚਾਹੇ ਅਸੀਂ ਖੱਡਾਂ ਦੀ ਗੱਲ ਕਰ ਲਈਏ ਰੇਤਾਂ ਵਾਲੀਆਂ ਦੀ, ਚਾਹੇ ਫਾਇਰਿੰਗ ਦੀ ਗੱਲ ਕਰ ਲਿਆ, 2 ਵੀਡੀਓ ਪਾਈਆਂ, ਦੋਵਾਂ 'ਤੇ ਕੋਈ ਐਕਸ਼ਨ ਨਹੀਂ ਜਿਹੜਾ ਹੋਇਆ ਗਾ। ਔਰ ਮੇਰੇ ਹਿਸਾਬ ਨਾਲ ਜੇ ਫਿਰੋਜ਼ਪੁਰ ਜ਼ਿਲ੍ਹਾ ਠੀਕ ਹੈ, ਪਾਕਿਸਤਾਨ ਨਾਲ ਜ਼ਰੂਰ ਲੱਗਦਾ, ਪਰ ਫਿਰੋਜ਼ਪੁਰ ਹੈ ਪੰਜਾਬ ਦੇ ਵਿੱਚ ਹੀ। ਮੈਨੂੰ ਆਸ ਆ ਤੁਸੀਂ ਜ਼ਰੂਰ ਕਾਰਵਾਈ ਕਰੋਗੇ। ਧੰਨਵਾਦ।